ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਲਓ ਜੀ ਬਾਈ, ਅੱਜ ਖੂਹ ਵੱਲ ਆਪਣਾ ਗਾਹਣ ਦਾ ਸਾਰਾ ਨਿਬੜ ਗਿਆ। ਆਹ 5 ਕਿੱਲਿਆਂ 'ਚੋਂ ਬਸ ਆਹ ਜਗ੍ਹਾ ਥੋੜ੍ਹੀ ਘੱਟ ਹੈ, ਅਤੇ ਇਹ ਸਾਰਿਆਂ ਨੂੰ ਗਾਹਣ ਹੋ ਗਿਆ। ਅਤੇ ਲਵਾਈ ਵੀ ਕਰਤੀ ਅੱਜ ਸ਼ੁਰੂ ਇਹਨਾਂ ਨੇ, ਅਤੇ ਆਹ ਪਾਰਟੀ ਦੂਜੀ ਹੈ। ਆਹ ਰਮੇਸ਼ ਨਾਲ ਹੀ ਹੈ ਜਿਹੜੇ ਮੇਰੇ ਪਹਿਲਾਂ ਲਾਉਂਦੇ ਆ, ਅਤੇ ਉਹ ਪਾਰਟੀ ਆਪਣੀ ਜਿਹੜੀ ਪਰਲੀ ਮੋਟਰ 'ਤੇ ਬੈਠੇ ਉਹਦੇ 2 ਪਾਰਟੀਆਂ ਹੈ, ਉਹ ਵੀ 12-13 ਬੰਨੇ, ਇਹ ਵੀ 12-13 ਬੰਨੇ ਆ। ਅਤੇ ਹੁਣ ਇੱਧਰਲੀ ਸਾਈਡ ਇਹ ਸਾਰਾ ਪਲਾਟ ਇਹਨੂੰ ਦਿੱਤਾ ਹੋਇਆ, ਅਤੇ ਪਰਲੀ ਸਾਈਡ ਉਹਨਾਂ ਨੇ ਲਾਤਾ, ਅਤੇ ਕੁਛ ਅੰਬ ਵਾਲੀ ਮੋਟਰ 'ਤੇ ਉਹਨੇ ਲਾਤਾ। ਮੰਡਪ 'ਚ ਇਹ ਲਾਉਂਗੇ, ਮਤਲਬ ਕਿ 15 ਕਿੱਲੇ ਇਹ ਲਾ ਦੂੰਗੇ, 10-12 ਕਿੱਲੇ ਉਹ ਦੂਜੀ ਪਾਰਟੀ ਲਾ ਦੂਗੀ। ਅਤੇ ਇਹ ਆਪਣਾ ਪੁਰਾਣਾ ਬੰਦਾ ਹੈ, ਤਾਂ ਇਹਨੂੰ ਛੱਡ ਨਹੀਂ ਸਕਦੇ, ਭਾਵੇਂ ਉਹ ਸਾਡੀ ਮੋਟਰ 'ਤੇ ਬੈਠੇ ਆ। ਅਤੇ ਉਹ ਉਹਨਾਂ ਦਾ ਪੱਕਾ ਨਹੀਂ ਪਤਾ ਹੁੰਦਾ ਆਉਣ ਨਾ ਆਉਣ, ਇਹ ਤਾਂ ਪਾਰਟੀ ਸਾਡੀ ਇੱਥੇ ਪੱਕੀ ਹੋ ਰਹਿੰਦੀ ਆ। ਇਸ ਕਰਕੇ ਇਹਨਾਂ ਨੂੰ ਕੰਮ ਦੇਣਾ ਸਾਨੂੰ ਜ਼ਿਆਦਾ ਉਹ ਹੈ, ਹੋਰ ਵੀ ਕੰਮ ਕਰਦੇ ਰਹਿੰਦੇ ਹਾਂ। ਅਤੇ ਇਹ ਕਹਿੰਦੇ ਮੱਥਾ ਟੇਕਣਾ ਹੈ ਵੀ ਮਠਿਆਈ, ਆਹ ਜਾਂਦੇ ਬਾਈ ਕਹਿੰਦੇ ਗੁਲਾਬ ਜਾਮਣ ਖਾਣੀ ਹੈ। ਮੈਂ ਭਾਈ ਗੁਲਾਬ ਜਾਮਣ ਖਾ ਲਓ, ਰਸਗੁੱਲੇ ਗੁਲਾਬ ਜਾਮਣ, ਕਹਿੰਦੇ ਦੋਨੋਂ ਲਿਆਇਓ, ਮਿਕਸ ਕਰਾ ਕੇ ਲਿਆਇਆ 2 ਕਿੱਲੋ। ਮੈਂ ਖਾਓ ਚਾਹ ਕਰਾਣ ਦਿਓ, ਕਹਿੰਦਾ ਆਹ ਮਠਿਆਈ ਫੜ ਲਿਆਓ। ਮੈਂ ਕੋਈ ਗੱਲ ਨਹੀਂ। ਅਤੇ ਪਾਵਰ ਬਾਈ 6 ਘੰਟੇ ਆਉਂਦੀ ਆ, ਹੁਣ 6 ਵਜੇ ਆਈ ਤੀ, 12 ਵਜੇ ਭੱਜ ਗਈ। 6 ਘੰਟੇ 'ਚ ਮੰਨ ਲਓ ਵੀ ਇੱਕ ਮੋਟਰ ਨੇ ਤਾਂ ਇਹ 'ਚ ਹੀ ਪਾਣੀ, ਦੇਖੋ ਪਤਲਾ ਪਤਲਾ ਪਾਣੀ ਪਿਆ ਇਹ 'ਚ, ਬਾਕੀ ਇੱਕ ਕਿਆਰਾ ਰਹਿੰਦਾ ਤਾਂ ਉਹ ਲਾਸਟ 'ਚ ਉਹ ਗਾਹਣ ਕਰਕੇ ਹਟਿਆ, ਅਤੇ ਦੂਈ ਮੋਟਰ ਨੇ ਉੱਧਰ ਉਹ ਕਿਆਰਾ ਭਰਿਆ। ਚਲੋ 2 ਮੋਟਰਾਂ ਕਰਕੇ ਇਹ 5 ਕਿੱਲੇ ਇਕੱਠੇ ਹੋ ਗਏ। ਅਤੇ ਹੁਣ ਲਵਾਈ ਮੈਂ ਥੋੜ੍ਹੀ ਤਾਂ ਵੀ ਰੁਕਿਆ ਹੋਇਆ, ਤਾਂ ਇੱਧਰ ਤਾਂ ਪਾਣੀ ਐਂ ਪਰਾਂ ਜਾਂਦਾ, ਇਸ ਮੋਟਰ ਦਾ ਪੀਟਰ ਦਾ ਮੋਟਰ ਦਾ ਪਾਣੀ ਉੱਥੇ ਗਿਰਿਆ ਹੋਇਆ, ਤਾਂ ਉਹ ਪਰਾਂ ਜਾਂਦੇ ਆ ਪਾਣੀ, ਵੀ ਜ਼ਿਆਦਾ ਪਾਣੀ ਹੋ ਜਾਂਦਾ। ਪਨੀਰੀ ਆਪਣੀ ਹਲੇ ਥੋੜ੍ਹੀ ਹਲਕੀ ਤੀ, ਇਸ ਕਰਕੇ ਹੁਣ ਪਾਣੀ ਵੀ ਇਹਨੂੰ ਘੱਟੇ ਚਾਹੀਦਾ ਤਾ। ਅਤੇ ਲਵਾਈ ਹੁਣ ਇਹ ਵੀ ਵਧੀਆ ਕਰੇ, ਇਹਨੂੰ ਗੱਲ ਕਹੀ ਭਾਈ ਲਵਾਈ ਵਧੀਆ ਕਰਿਓ, ਕੁੱਕਣੇ ਕਰਨ ਲੱਗੇ ਹੋਏ ਆ। ਬਾਕੀ ਤੁਹਾਨੂੰ ਕੁਆਲਿਟੀ ਦਾ ਅੱਜ ਵੀਡੀਓ ਦਾ ਥੋੜ੍ਹਾ ਫਰਕ ਲੱਗੂਗਾ, ਆਪਣੇ ਫੋਨ 'ਤੇ ਬਣਾਉਣ ਲੱਗਿਆ ਹੋਇਆ ਪਹਿਲੇ ਵਾਲੇ 'ਤੇ, ਅਤੇ ਨਵਕਾਰਨ ਗਿਆ ਹੋਇਆ ਛੁੱਟੀਆਂ ਕੱਟਣ, ਉਹ ਲੈ ਗਿਆ ਦੂਜਾ ਫੋਨ। ਅਤੇ ਚਲੋ 2-3 ਦਿਨ ਥੋੜ੍ਹੀ ਜਿਹੀ ਕੁਆਲਿਟੀ ਦਾ ਫਰਕ ਰਹੂਗਾ, ਇਹ ਥੋੜ੍ਹਾ ਹਿੱਲਦਾ ਵੀ ਜ਼ਿਆਦਾ ਹੈ। ਉਹ ਆਪਣਾ ਦੂਜਾ ਆਈਫੋਨ ਕਰਕੇ ਉਹਦੇ ਆਪਣਾ ਬਹੁਤੀ ਵੀਡੀਓ ਹਿੱਲਦੀ ਨਹੀਂ ਹੈਗੀ, ਇਹਦੇ 'ਚ ਜ਼ਿਆਦਾ ਤੁਰਦੇ ਹਾਂ ਤਾਂ ਵੀਡੀਓ ਹਿੱਲਦੀ ਹੈ ਜ਼ਿਆਦਾ। ਅਤੇ ਲੱਗੇ ਹੋਏ ਬੰਦੇ ਚਿੰਨਾ ਉਹ ਬੈਠਿਆ, ਚਿੰਨੇ ਨੂੰ ਕਿਹਾ ਮੈਂ ਕਿਹਾ ਇੱਕ ਵਾਰ ਪਹਿਲਾਂ ਵੀ ਵੈਸੇ ਤਾਂ ਝਟਪਟ ਦੀ ਸਪਰੇਅ ਕਰਤੀ, ਮੈਂ ਕਿਹਾ ਹੁਣ ਇੱਕ ਵਾਰ ਫਿਰ ਝਟਪਟ ਮਾਰ ਦੇ ਦੁਬਾਰ ਤੋਂ, ਮਾੜਾ ਮੀਂਹ ਵੀ ਪੈ ਲਿਆ ਅਤੇ ਮਾੜਾ ਮਾੜਾ ਕੱਖ ਜਿਹਾ ਫਿਰ ਫੁੱਟਿਆ ਆ, ਥੋੜ੍ਹਾ ਅਸਰ ਕਰ ਦੂਗੀ ਇਹ ਤਾਂ ਪਹਿਲਾਂ ਲੱਗਣ ਤੋਂ ਜੀਰੀ, ਨਹੀਂ ਤਾਂ ਫਿਰ ਜਿੰਨੇ ਨੂੰ ਅਸੀਂ ਮੰਡ ਮੁੰਡ ਉੱਧਰ ਉੱਧਰ ਲਾਉਣੀ ਆ, ਇੰਨੇ ਨੂੰ ਤਾਂ 2-2 ਗਿੱਠ ਕੱਖ ਇਹਦੇ ਅੰਦਰ ਵੜ ਜਾਣਾ, ਸਾਡੇ ਖੱਬਾ ਖੱਬਲ ਬਹੁਤ ਹੁੰਦਾ ਬਾਈ। ਲਓ ਬਾਈ ਆਹ ਲੱਗੇ ਹੋਏ ਲਾਉਣ, ਮੈਂ ਕਿਹਾ ਚਲੋ ਇਹਨਾਂ ਨੂੰ ਤਾਂ ਕਹਿ ਦਵਾਂ ਇੰਨੇ ਪਾਣੀ ਦਾਣੀ ਪੀਓ, ਮੈਂ ਲੈ ਕੇ ਆਇਆ ਕਿਉਂ ਪਹਿਲਾਂ ਟਰੈਕਟਰ ਆ ਉੱਧਰ ਮੈਂ ਗਾਹਣ ਕਰ ਦਿੱਤਾ, ਇਹ ਸਵੇਰ ਤੋਂ ਪਹਿਲਾਂ ਕਿਤੇ ਹੋਰ ਤਾਂ ਕਹਿੰਦੇ ਤੀਏ ਪੈਸੇ ਲਾਉਂਗੇ, ਪਰ ਆ ਗਏ ਪਹਿਲਾਂ, ਮੈਨੂੰ ਐਂ ਤਾਂ ਵੀ ਗਾਹਣ ਕਰੇ ਤੋਂ ਬਾਅਦ ਵੀ ਫਿਰ ਮੈਂ ਜਾ ਕੇ ਫੜ ਲਿਆਉਂਗਾ। ਇੰਨੇ ਨੂੰ ਇਹ ਆ ਗਏ ਫਟਾਫਟ, ਫਿਰ ਇੱਥੇ ਟਰੈਕਟਰ ਖੜਾ ਕੇ ਮੋਟਰਸਾਈਕਲ ਚੱਕ ਕੇ ਤਾਂ ਲੈ ਕੇ, ਇੰਨੇ ਨੂੰ ਇਹਨਾਂ ਨੇ ਸ਼ੁਰੂ ਕਰਤਾ ਇਹ। ਚਲੋ ਮੱਥਾ ਤਾਂ ਆਪਾਂ ਦੂਜੇ ਪਾਸੇ ਪਹਿਲਾਂ ਟੇਕ ਲਿਆ, ਤਾਂ ਇਹ ਵੀ ਟੇਕ ਲੈਣ ਦੂਈ ਪਾਰਟੀ ਵੀ ਆਪਣੀ। ਚਿੰਨੇ ਆ ਜਾ, ਤੇਰਾ ਮੂੰਹ ਮਿੱਠਾ ਕਰਾਵਾਂ, ਆ ਜਾ ਆ ਜਾ। ਇੱਕ ਵੱਟ ਬਸ ਰਹਿ ਗਈ ਸਾਡੀ, ਉਹ ਪਾਲੇ ਖੇਤ ਦੀ ਬੜੀ, ਬਾਕੀ ਸਾਰੀ ਵੱਟਾਂ ਦੇਖੋ ਬਾਈ ਗਾਰੇ ਨਾਲ ਲਿਪਤੀਆਂ। ਅੱਛਾ ਹਾਂ, ਉਹ ਆ ਜਾ ਨੇੜੇ ਹੋ ਕੇ ਬੋਲ ਲੈ, ਕਿਆ ਬੋਲੀ ਜਾਂਦਾ
ਤੇ ਇਹ 'ਚ ਬਾਈ ਪਪੂਲਰਾਂ 'ਚ ਜਿਹੜਾ ਬਾਜਰਾ ਬੀਜਿਆ ਤਾਂ ਮਤਲਬ ਕਿ ਜੰਮਿਆ ਇਹਦਾ, ਗਰਮੀ ਇੰਨੀ ਤੀ, ਇੱਧਰ ਆਪਾਂ ਇਹਨੂੰ ਪਾਣੀ ਜਿਹੜਾ ਨਾ ਤਾਂ ਛੋਟੇ ਨੂੰ ਪਾਣੀ ਲਾ ਸਕਦੇ ਤੇ ਉਹ ਜਮ੍ਹਾਂ ਹੀ ਵਿੱਚ ਫਿਰ ਵਾਪਸ ਮਤਲਬ ਕਿ ਉਹਨੇ ਮੋੜਤਾ ਗਰਮੀ ਨੇ, ਅਤੇ ਹੁਣ ਕਿਣੀਆਂ ਪਈਆਂ ਦੇਖਦੇ ਹਾਂ ਜੰਮੂਗਾ ਜਾਂ ਨਹੀਂ ਜੰਮੂਗਾ, ਹੁਣ ਦੇਖਦੇ ਹਾਂ। ਜਿਹਨੇ ਕਿਆ ਕਹੀ ਜਾਂਦਾ ਤੂੰ ਮੈਨੂੰ ਦੱਸੀ ਨਾ, ਹੈਂ ਕਿਆ ਬੋਲਦਾ ਤਾ ਤੂੰ, ਚਿੰਨਾ ਬੋਲਦਾ ਤਾ ਕੁਛ, ਕਹਿੰਦਾ ਜੱਟ ਨੇ ਪਿਲਾਈ ਲੱਸੀ, ਕਿਆ ਕਹਿੰਦਾ ਲੱਸੀ ਪਿਲਾ, ਹਾਂ ਰੱਸੀ, ਅੱਛਾ ਠੀਕ ਹੈ, ਅੱਛਾ ਠੀਕ ਹੈ ਭਈਆ, ਘੁੰਮ ਗਿਆ ਸਾਰੇ ਪਾਸੇ, ਉਹ ਦਵਾਈ ਕਿੱਥੇ ਰੱਖੀ ਆ, ਇਹਨੂੰ ਇਹਨੂੰ ਵੀ ਘੁੰਮ ਲਿਆ ਆਲੇ ਦੁਆਲੇ, ਬਸ ਠੀਕ ਆ। ਉਸ ਫਾਇਦਾ ਜਿਹੜਾ ਬਾਈ ਉਹ ਚੁਕਵਾ ਤਾ ਤਾ, ਮੈਂ ਉਹਦਾ ਬਾਲਣ ਦਾ ਰਹਿ ਗਿਆ, ਜਿੰਨੇ ਆ ਬਾਲਣ ਦਾ ਵੀ ਉਹ ਕਰਨਾ ਆਪਾਂ ਨੇ ਪਾਸੇ, ਆਹ ਦਵਾਈ ਬਚ ਗਈ ਕਿ ਖਾਲੀ ਆ, ਅੱਛਾ ਅੱਛਾ ਪੀਪੀ ਕਿੱਥੇ ਆ ਦਵਾਈ ਵਾਲੀ, ਉੱਥੇ ਕਹੀ ਪਈ ਆਪਾਂ ਹੁਣ ਉਹ ਦੋ ਕੰਮ ਪਹਿਲਾਂ ਮੈਨੂੰ ਗਾਹਣ ਕਰਿਆ ਹੁੰਦੇ, ਨਹੀਂ ਤੇ ਪਾਣੀ ਸੁੱਕ ਜਾਣਾ ਦੋਹੇ ਸਾਈਡ, ਕਿਹੜੀ ਪਹੀ ਪਰ ਤਾਂ ਰਹਿਣ ਦੇ, ਪਹੀ ਪਰ ਨਾ ਲਾਈ, ਉਹ ਮੈਂ ਲਾ ਤੇ ਉੱਥੇ। ਲਓ ਬਈ ਰਮੇਸ਼ ਸਭ ਤੋਂ ਪਹਿਲਾਂ ਇੱਕ ਮਿਠਾਈ ਦਾ ਪੀਸ ਉਹ ਰੱਖ ਕੇ ਮੋਟਰ ਤੇ, ਵਧੀਆ ਬਾਈ ਖਵਾਜੇ ਦਾ ਪੁਰਾਣੀ ਆਦਤ ਹੈ ਵੀ ਖਵਾਜੇ ਨੂੰ ਪਹਿਲਾਂ ਟਾਈਮ ਕੁਵੇਰਾ ਹੋ ਗਿਆ ਹੈ ਨਾ, ਹਾਂ ਇਹ ਤਾਂ ਸਵੇਰ ਕੀ ਟਾਈਮ ਹੈ ਸਭ ਚਲਤਾ ਹੈ, ਪਰ ਸਵੇਰੇ ਹੁਣ ਤੂੰ ਪਹਿਲਾਂ ਕਿਤੇ ਹੋਰ ਗਿਆ ਉੱਥੇ ਟੇਕਦਾ ਹੀ ਹੈ ਕਿ ਨਹੀਂ, ਹਾਂ ਖੋਲ ਖੜਾ ਮੂੰਹ ਮਿੱਠਾ ਕਰਾ, ਉਰੇ ਵੀ ਦੇ ਮੜਿਆ ਖੇਤ ਨੂੰ ਵੀ ਜਿਹਨੂੰ ਆਪਣਾ ਫਸਲ ਦੇਣੇ ਆ, ਦੇਖੋ ਜੀ ਹਮਾਰੇ ਸਰਦਾਰ ਖੁਸ਼ ਹੋ ਕੇ 2 ਕਿਲੋ ਮਿਠਾਈ ਲੈ ਕੇ, ਤੂੰ ਹੁਣ ਤੈਨੂੰ ਤਾਂ ਹੀ ਕਿਹਾ ਵੀ ਖਾਣੇ ਦਾ ਦੱਸ ਕਿਆ ਖਾਣਾ, ਕਿਉਂ ਬਾਈ ਖਾਣੇ ਪੀਣੇ ਦਾ ਕੋਈ ਉਹ ਨਹੀਂ ਹੈਗਾ ਬਾਈ, ਇਹਨਾਂ ਦਾ ਬੰਦਾ ਇੱਕ ਰਾਜੂ, ਕਿਹੜਾ ਬਾਈ ਕਿੱਥੇ ਕੱਢਦੇ ਹੁੰਦੇ ਆ ਉਹ ਤੁਸੀਂ ਗੰਨਾ, ਨਾ ਹੁਸ਼ਿਆਰਪੁਰ ਗੰਨਾ ਕੱਢਦੇ ਆ ਨਾ, ਕਿਹਦੇ ਪਨਾ ਹਰਿੰਦਰ ਸਿੰਘ, ਹਾਂ ਹਰਿੰਦਰ ਬਾਈ ਜੀ ਆਪਣੀ ਵੀਡੀਓ ਦੇਖਦਾ ਰਾਜੂ ਦੇਖੀ ਜਾਂਦਾ ਵੀ ਕਿਆ ਕਰਦੇ ਆ ਕਿਆ ਨਹੀਂ, ਰਾਜੂ ਨੱਠ ਗਿਆ ਬਾਈ ਹਰਿੰਦਰ ਇਹਨਾਂ ਚੋਂ, ਰਾਜੂ ਛੱਡ ਗਿਆ ਇਹਨਾਂ ਨੂੰ, ਵੀਡੀਓ ਦੇਖ ਕੇ ਸਰਦਾਰ ਫੋਨ ਕਰਤਾ ਤੁਮ ਲੋਗ ਕੋ ਦੇਖਿਆ, ਇਹ ਛੱਡ ਗਿਆ ਇਹਨਾਂ ਨੂੰ ਦੇਖ ਲਓ ਰਾਜੂ ਨੱਠ ਗਿਆ, ਮਿਠਾਈ ਖਾ ਲੋ ਸਰਦਾਰ ਜੀ, ਚਿੰਨੇ ਨੂੰ ਵੀ ਮੂੰਹ ਮਿੱਠਾ ਕਰਾ ਲਾ, ਇਹ ਤਾਂ ਮੁੱਟੇ ਕੰਮ ਕਰ ਖਾਣੇ ਪੀਣੇ ਦਾ ਕੋਈ ਨੀ, ਇੱਕ ਦੇ ਦੇ, ਮੈਂ ਇੱਧਰ ਪਹਿਲਾਂ ਇੱਧਰ ਉਹ ਕਰ ਲਏ ਆਪਾਂ ਵੀ ਦੇ ਦਈਏ ਖੇਤ ਨੂੰ, ਮਹਾਰਾਸ਼ਟਰ ਪਾਤਸ਼ਾਹ ਜੀ ਮੈਂ ਯਾਰ ਉੱਥੇ ਵੀ ਲਓ ਬਾਈ ਖਾ ਲਈ ਇਹਨਾਂ ਨੇ ਮਠਿਆਈ ਅਤੇ ਹੁਣ ਫਿਰ ਲਾਉਣ ਲੱਗੇ ਹਾਂ, ਅਤੇ ਮੈਂ ਚੱਲਣਾ ਉੱਧਰ ਬੰਨ ਵੱਲ, ਰਹਿੰਦਾ ਇੱਕ ਕਿਆਰਾ ਉਹਨੂੰ ਗਾਹਣ ਕਰਦਾ, 6 ਘੰਟੇ ਪਾਵਰ ਆ ਰਹੀ ਹੈ ਬਾਈ ਸਾਡੇ, ਸਵੇਰੇ 6 ਵਜੇ ਆਈ ਤੀ 12 ਵਜੇ ਚਲੇ ਗਈ, ਆਪਣਾ ਆਪਣਾ ਦੱਸਿਓ ਹੱਥ ਆਪਣਾ ਹਿਸਾਬ ਨਾਲ ਰੱਖਿਓ, ਹੁਣ ਕਹਿਣਾ ਨਾ ਪਵੇ, ਰੱਖ ਦੇ ਬਾਈ ਆਹ ਆਪਣੀ ਤਰੀਰੀ ਨੇ ਜੜਦੀ ਫੜ ਲਈ ਨਾ ਜੀਰੀ ਨੇ, ਆਹ ਜਿਹੜੀ ਆਪਾਂ ਪ੍ਰਧਾਨ ਜੀ ਤੋਂ ਲਈ ਗਈ ਅਤੇ ਉਹ ਹੈ ਬੱਚੇ ਨੇ ਫੜ ਲਈ ਜੜਦੀ, ਸਤਿ
ਕਰਕੇ ਮੂੰਹ ਚੱਕਣ ਲੱਗੇ। ਅੱਜ ਇਹਨੂੰ ਸੁਕਾ ਕੇ ਕੱਲ ਨੂੰ ਪਾਣੀ ਲਾਊਂਗਾ। ਫਿਰ ਐਨ ਲੱਗੇ ਜਿਹੜੇ ਖੜੇ ਗਿਰੇ ਜੇ ਆ ਸਭ ਨੇ ਖੜੇ ਹੋ ਜਾਣੇ। ਇੱਧਰ ਪਨੀਰੀ ਇੱਕ ਕਿਆਰੀ ਮੈਂ ਥੋੜ੍ਹੀ ਰਹਿ ਜੀ ਪੱਟੀ ਪਈ ਹੈ ਕੁਛ ਆਹ, ਬਾਕੀ ਉਹ 110 ਫੁੱਟ ਰਿਹਾ। ਕੱਖ ਵਾਲੇ ਸਪਰੇ ਵੀ ਕਰੀ ਦੀ ਪਰ ਕੱਖ ਪਰਲੇ ਕੈਰੇ 'ਚ ਜਿਹ 'ਚ ਪਨੀਰੀ ਘੱਟ ਜੰਮਿਆ ਵੱਧ ਹੋ ਗਿਆ, ਪਰ ਸਪਰੇ ਨੇ ਵੀ ਅਸਰ ਨਹੀਂ ਕਰਿਆ ਹੈਗਾ। ਫਿਰ ਹੁਣ ਆਪਾਂ ਹੁਣ ਲਾਉਣੀ ਉਹ ਘੱਟ ਹੈ। ਇਹ ਪੱਟੀ ਵੀ ਆਪਾਂ ਬੰਨ ਵੱਲ ਜਿੱਥੇ ਗਾਹਣ ਕਰਨਾ ਉਹਦੇ ਵਾਸਤੇ ਪਨੀਰੀ ਪੱਟੀ ਹੋਈ ਆ ਇਹ 468। ਆਹ ਵਿਚਾਰ ਵਾਲੀ ਮੰਡ ਵਾਸਤੇ, ਇੱਧਰ ਵੀ ਮੰਡ ਵਾਸਤੇ ਪਨੀਰੀ। ਆਹ ਪਨੀਰੀ ਛਾਲਾਂ ਮਾਰਦੀ ਜਾਂਦੀ ਹੈ ਬਾਈ। ਆਹ ਜੀਰੀ ਨੇ ਵੀ ਫੜ ਲਈ ਜੜ ਜੀ ਬਾਈ, ਅਤੇ ਪਾਣੀ ਤਾਂ ਅੱਜ ਰਹਿ ਗਈ ਇਹ, ਇਹਨੂੰ ਕੱਲ੍ਹ ਨੂੰ ਪਾ ਭਰੂੰਗੇ। ਬਾਕੀ ਉਹ ਕਿਆਰਾ ਕਰਨਾ ਗਾਹਣ। ਇਹਨੂੰ ਕਰਨਾ ਹੋਗਾ ਹੈ ਨਾ, ਦੋ ਮੋਟਰਾਂ ਚੱਲਦੇ ਤੇ ਇਹਨਾਂ ਨੇ, ਪਰ ਇੱਕ ਦੋ ਘੰਟੇ ਬਾਅਦ ਮਿਲੀ ਆ। ਵੈਸੇ ਉਹ 'ਚ ਵੀ ਪਰਲੇ 'ਚ ਵੀ ਪਾਣੀ ਪਾਇਆ, ਹੁਣ ਉਹ 'ਚ ਦਵਾਈ ਪਾਉਣੀ ਆ, ਉਹ ਕੱਲ੍ਹ ਲਾ ਦਿੱਤਾ ਅਤੇ ਇਹਨੇ ਬਸ ਆਹੀ ਭਰਿਆ। ਚਲੋ ਹਾਲੇ ਥੋੜ੍ਹਾ ਫਰਕ ਪੈ ਗਿਆ ਮੀਂਹ ਦਾ ਵੀ, ਇਹਨੂੰ ਕਰਦੇ ਹਾਂ ਗਾਹਣ ਬਾਈ। ਫਿਰ ਆਹ ਕਿਆਰਾ ਵੀ ਹੋ ਗਿਆ ਇੱਕ, ਉੱਧਰ ਰਾਜੇ ਬਾਈ ਨੇ ਵੀ ਇੱਕ ਕਿਆਰਾ ਲਾ ਦਾ, ਇੱਕ ਰਹਿੰਦਾ। ਪਾਵਰ ਦੁਆਰ ਤੋਂ ਆ ਗਈ, ਇਹ 'ਚ ਪਾਉਣ ਲੱਗੇ ਹੁਣ ਪਾਣੀ। ਅੰਬਾ ਵੀ ਮੋਟਰ ਦੇ ਆ ਬਾਈ, ਲੋ ਵੀ ਆ ਕਿਆਰੇ ਦਾ ਵੀ ਹੋ ਗਿਆ ਗਾਹਣ, ਥੋੜ੍ਹਾ ਇੱਥੇ ਉੱਚਾ ਰਹਿ ਗਿਆ। ਚਲੋ ਕੋਈ ਗੱਲ ਨਹੀਂ, ਇੰਨੀ ਕਿਤੇ ਇੱਕ ਦੋ ਜਗ੍ਹਾ ਤੱਗੀ ਹੋ ਜਾਂਦੀ ਆ, ਮਾੜੀ ਮੋਟੀ ਕਹੀ ਨਾਲ ਕਰ ਦਾਂਗੇ। ਬਾਕੀ ਸਾਰਾ ਪੱਧਰਾ ਹੈ ਅਤੇ ਹੇਠਲਾ ਕਿਆਰਾ ਵੀ ਭਰਨੇ ਵਾਲਾ, ਥੋੜ੍ਹੀ ਦੇਰ ਹੋਰ ਮੋਟਰ ਚਲਾ ਕੇ ਬੰਦ ਕਰ ਦੂੰਗੇ ਅਤੇ ਇਹਨੂੰ ਕੱਲ੍ਹ ਨੂੰ ਖੇਤਾਂ ਨੂੰ ਪਾਉਂਦਾ। ਇਹਨਾਂ ਨੂੰ ਵੀ ਸੁੱਕਾ ਹਲੇ ਤੱਕ ਆਇਆ ਨਹੀਂ ਉਹ ਬਣਾਉਣ, ਜਿਹੜਾ ਆਪਾਂ ਉਹ ਫਰਸ਼ ਛਾ ਕੇ ਛੱਡਿਆ ਤਾ। ਚਲੋ ਉਹਨੂੰ ਵੀ ਦੇਖਦੇ ਕਦੋਂ ਆਉਂਦਾ, ਫੋਨ ਕਰਦਾ ਉਹਨੂੰ। ਅਤੇ ਬਾਕੀ ਬਾਈ ਬੀ ਵਨ 'ਚ ਜਾਂ A3 'ਚ ਗਾਹਣ ਕਰੀ ਜਾਂਦੇ ਇਹਦੇ ਨਾਲ ਇੱਕ ਇੱਕ ਵਾਰ ਪੋਲਾ ਵਾ ਬਦਲ ਕੇ ਉੱਪਰ ਉੱਪਰ ਮਧਾਣੀ ਵਾਂਗ ਬਸ ਉਹ ਕਰਦੇ ਹਾਂ, ਜ਼ਿਆਦਾ ਨਹੀਂ ਵਿੱਚ ਇਹਨੂੰ ਵੀ ਗੱਡ ਕੇ ਲਾਉਣਾ, ਉਹਦਾ ਘੋਲੂਆ ਜਿਹਾ ਬਣਾਈ ਜਾਂਦਾ। ਅਤੇ ਆਹ ਦੇਖੋ ਕਿੰਨਾ ਵਧੀਆ ਪੱਧਰਾ ਹੋਇਆ ਪਿਆ, ਲੇਜ਼ਰ ਵੀ ਕਰਾਇਆ ਹੋਇਆ। ਅਤੇ ਹੁਣ ਉਹਨੂੰ ਮਾੜਾ ਓਵਰਫਲੋ ਕਰ ਦਈਏ। ਲਓ ਬਈ ਇੱਧਰ ਪਨੀਰੀ ਪੱਟਣ ਆ ਗਏ, ਉੱਧਰ 2 ਕਿੱਲੇ ਲੱਗ ਗਏ ਖੂਹ ਪਰ ਪੌਣੇ 2, ਫਿਰ ਪਨੀਰੀ ਪੱਟਣ ਲੱਗ ਗਏ, 2 ਪਾਲਣੇ ਲੱਗੇ ਹੋਏ ਆ। ਇਹ ਲਾ ਰਹੀ ਹੈ ਇੱਧਰ ਬੰਨ ਵੱਲ, ਇਹ ਆਪਣੇ ਲਾਉਂਗੇ ਪਰਲੇ ਪਾਸੇ, ਇੱਕ ਪਾਲਟੀ ਉਹ ਲੱਗੀ ਹੋਈ ਹੈ। ਲਾਹਾ ਲੱਗਿਆ ਪਿਆ ਬੰਦਿਆਂ ਨੂੰ, ਕੱਖ ਨਹੀਂ ਬਾਈ ਮਰਿਆ, ਨਾਲੇ ਹਫ਼ਤਾ ਪਹਿਲਾਂ ਸਪਰੇ ਕਰੀ ਤੀ ਇਹਨੂੰ, ਹੁਣ ਬਚਾ ਕੇ ਲਾਉਣੀ ਪੈਂਦੀ ਹੈ। ਲਗਤਾ ਬਥੇਰੀ ਜਾਣੀ ਦੀ, ਕੱਖ ਕਰਕੇ ਡਰ ਮੈਨੂੰ। ਅੱਧੇ ਬੰਦੇ ਉਹ ਲੱਗੇ ਹੋਏ ਆ,
ਆਹ ਏਰੀਆ ਆਪਾਂ ਰੌਣੀ ਕਰਿਆ ਹੋਇਆ, ਇਹ 'ਚ ਚਰੀ ਬੀਜਾਂਗੇ ਅਤੇ ਇੱਧਰ ਬਿੰਦਾ ਗਾਣ ਕਰਨ ਲੱਗਾ ਰੋਟਾਵੀਟਰ ਨਾਲ ਅਤੇ ਆਪਣੇ ਵਾਲਾ ਪਾ ਕੇ ਲਿਆਇਆ, ਕਹਿੰਦਾ ਚਾਚਾ ਇਹ 'ਚ ਥੋੜ੍ਹਾ ਜਿਹਾ ਉਹ ਤਾਂ ਮੈਂ ਕਰਦਾ ਤਾਂ ਕਹਿੰਦਾ ਰੋਟਾਵੀਟਰ ਚਾਹੀਦਾ ਇਹਦੇ ਵਿੱਚ ਨਾ, ਇਹਦੇ ਪਹਿਲਾਂ ਤਾਂ ਹੀ ਸਰੋਂ ਵਾਲੇ ਡੰਡੇ ਚੁੱਕਣੇ ਖੜ੍ਹੇ ਤੇ, ਕਹਿੰਦਾ ਮੈਂ ਕਰ ਦਿੰਦਾ ਵੀ ਪਿੱਛੇ ਵੱਜ ਦੂੰ ਮਾਂ, ਚੱਲ ਕਰ ਲਾ ਇਹ ਖੇਤ ਦਾ ਸੋਰਾ ਚੱਲਦਾ ਹੋਇਆ ਬਾਈ। ਅੱਠ ਫੁੱਟ ਰੋਟਾਵੀਟਰ ਬਣਾਇਆ, ਰੋਟਾਵੀਟਰ ਬਾਈ ਡੱਕਿਆ ਜਿਹਨੂੰ ਪਿੱਛੇ ਮਿਲਾ ਦਿੰਦਾ ਬਸ, ਚੱਕਰ ਇਹ ਹੈ ਜਿਹੜਾ ਰੌਲਾ ਜ਼ਿਆਦਾ ਪਾਉਂਦਾ, ਚਾਹੇ ਇਹਦੀ ਵੜਕ ਸਮਝ ਲਓ। ਅਸੀਂ ਪਰਵਾਹ ਨਹੀਂ ਮੰਨਦਾ ਹੈਗਾ ਜਿਵੇਂ ਨੂੰ ਕਿੱਦਾਂ ਬਾਈ, ਹੋਰ ਠੀਕ ਆ? ਇਹਨੂੰ ਕਹਿ ਮਾੜਾ ਜਿਹਾ ਬਾਹਰ ਰੱਖੇ, ਫਿਰ ਵਿੱਚ ਅੰਦਰ ਦੋ ਵਾਰ ਘੁਮਾਉਣਾ ਠੀਕ, ਇੱਕ ਵਾਰ ਬਹੁਤ ਹੈ, ਦੂਈ ਵਾਰ ਬਾਹਰ ਕੱਢ ਦੇਣਾ ਇਹਨੇ, ਇਹਨੂੰ ਕਹਿ ਇੱਕ ਗੁੱਠਾ ਅੰਦਰ ਹੀ ਰੱਖ ਲਓ ਇਹਦੇ ਨਾਲੋਂ, ਜੇ ਦੂਈ ਵਾਰ ਘੁਮਾਤਾ ਨਾ ਇਹਨੇ ਬਾਹਰ ਕੱਢ ਕੇ ਮਾਰਨੇ ਡੱਕੇ, ਦੂਈ ਵਾਰ ਤਾਂ ਉੱਪਰ ਤੇਰ ਦੇਣੇ ਇਹਨੇ ਸਾਰੀ, ਵੀ ਥੋੜ੍ਹਾ ਫੁੱਟ ਅੰਦਰ ਹੀ ਰੱਖ। ਐਂ ਬਾਈ ਜੇ ਰੋਟਾਵੀਟਰ ਦਾ ਪੰਗਾ ਇਹ ਹੈ, ਜੇ ਦੂਈ ਵਾਰ ਇਹਨੂੰ ਕਰਨ ਲੱਗ ਗਏ ਆਹ ਡੱਕੇ ਜਿਹੜੇ ਉੱਪਰ ਆ ਇਹ ਸਾਰੇ ਉੱਪਰ ਤੇਰਨ ਲਾ ਦੇਣੇ ਇਹਨੇ, ਹੁਣ ਤਾਂ ਇਹ ਵਿੱਚ ਦੱਬਦਾ ਜਾ ਰਿਹਾ ਹੈ। ਬਿਰਕ ਫਾਰਮ ਆਹ ਦੋਵੇਂ ਮੁੰਡਿਆਂ ਦਾ ਨਾਮ ਲਿਖਿਆ ਉਹਨੇ, ਅੰਦਰ ਰੱਖ ਟਾਇਰ ਨਾ ਬਿਲਕੁਲ ਅੰਦਰ ਨਾਲ ਲਾ ਕੇ ਰੱਖ, ਦੋ ਵਾਰ ਨਾ ਮਾਰੀ ਇੱਕ ਵਾਰ ਘੁਮਾਈ, ਫਿਰ ਐਂ ਨਾ ਜੇ ਦੂਹਰ ਕਰਦਾ ਇਹਨੇ ਉੱਪਰ ਟਾਇਰ ਨਾ ਲਾ ਦੇਣਾ ਹੈ, ਇੱਕ ਵਾਰ ਘੁਮਾ ਦੇ ਤੇਲ ਹੋ ਜਾਏ ਠੀਕ ਆ, ਪਰ ਇਹਨੂੰ ਅੰਦਰ ਆਪਣਾ ਟਾਇਰ ਬਿਲਕੁਲ ਅੰਦਰ ਰੱਖ, ਇੱਕ ਬੂਟਾ ਬਾਈ ਮੈਂ ਆਹ ਤੇਲ ਹੋ ਜਾਏ ਠੀਕ ਆ, ਅੰਦਰ ਰੱਖ ਲੈ ਬਸ ਇੱਕ ਬੂਟ, ਆਹ ਦੇਖੋ ਇਹਨੇ ਵਿੱਚ ਮਿਲਾ ਦਿਆ ਉਰੇ ਜਿਹੜੇ ਡੱਕੇ ਦੇ, ਜੇ ਇਹਨੇ ਦੂਹਰ ਮਾਰਤੇ ਤਾਂ ਜਿਵੇਂ ਆਹ ਉੱਪਰ ਫਿਰ ਮੈਂ ਇੱਕਣਾ ਹੀ ਕੱਢ ਦੇਣੇ ਬਾਹਰ, ਰੋਟਾਵੀਟਰ ਦਾ ਇਹ ਪੰਗਾ ਹੁੰਦਾ ਇਹ ਪਾੜ ਵਿੱਚ ਦੱਬ ਦਿੰਦਾ ਬਸ, ਦੂਹਰ ਨੂੰ ਤਾਂ ਇਹਨੇ ਧੋ ਕੇ ਸਮਾਂ ਬਾਹਰ ਮਾਰਨਾ। ਥੋੜ੍ਹਾ ਹੇਠਾਂ ਲਾ ਲਵੇ ਲਾ ਲੈਣਾ ਵੈਸੇ, ਵੈਸੇ ਤਾਂ ਨਵਾਂ ਪੱਤੀਆਂ ਹੇਠਾਂ ਹੋਣ ਨੂੰ ਇਹ ਡੂੰਘਾ ਬਥੇਰਾ ਜਾਂਦਾ ਇਹ ਬਈ, ਉੱਧਰ ਨੱਕਾ ਕਰਿਆ ਰਾਤ ਰੁਤ ਨੂੰ ਜੇ ਆ ਗਈ ਲਾਈਟ, ਉਹ ਖੇਤ ਬਿਲਕੁਲ ਸੁੱਕਾ ਪਿਆ ਜਿੱਥੇ ਜਿੱਥੇ ਦੇਖੋ ਪਾਣੀ, ਕਿਉਂ ਇੱਧਰ ਚੱਲਦਾ ਰਿਹਾ ਦੋ ਤਿੰਨ ਘੰਟੇ ਮਾੜਾ ਪੈ ਕੇ ਜਦੋਂ ਸੁੱਕ ਜਾਂਦਾ ਤਾਂ ਖੇਤ ਭਰਿਆ ਨਹੀਂ ਪੂਰਾ, ਕੱਲ੍ਹ ਵੀ ਅੱਜ ਬਿਲਕੁਲ ਹੀ ਨਹੀਂ ਪਿਆ ਉਹ 'ਚ ਪਾਣੀ, ਅਤੇ ਇਸ ਕਰਕੇ ਕਿਤੇ ਕਿਤੇ ਨਾ ਜਿੱਥੇ ਦਾ ਪਾਣੀ ਮੂਹਰੇ ਮੂਹਰੇ ਹਰਿਆਈ ਮਾਰਨ ਲੱਗ ਗਈ, ਇੱਧਰ ਡੱਕੇ ਜੇ ਸੁੱਕਣ ਲੱਗ ਗਏ ਕਮਲਾ ਗਈ, ਅਤੇ ਇਹਨੂੰ ਕੱਲ੍ਹ ਨੂੰ ਭਰਦਾ ਹੈ ਇਹ ਖੇਤ ਨੂੰ ਡੱਡੂ ਬੁਲਾਉਂਦੇ, ਬਾਕੀ ਇਹਨਾਂ 'ਚ ਹੈਗਾ ਪਾਣੀ। ਆਹ ਦੇਖੋ ਜਿੱਥੇ ਜਿੱਥੇ ਦਾ ਪਾਣੀ ਖੜਿਆ ਦੇਖੋ, ਐਂ ਜੜ ਫੜ ਗਿਆ ਐਂ ਹਰੇ ਹੋ ਚੱਲੇ ਡਿੱਕੇ, ਅਤੇ ਉੱਧਰ ਉਹ ਵਿਚਾਲੇ ਜੇ ਜਿੱਥੇ ਉੱਚੀ ਝੱਗੀਆਂ ਉਹ ਪਰਲੀ ਸਾਈਡ ਉੱਚਾ ਹੈ ਉਹ ਥੋੜ੍ਹੇ ਡੱਕੇ ਕਮਲਾ ਜੇ ਗਏ, ਕੋਈ ਗੱਲ ਨਹੀਂ ਚਲੋ, ਵੈਸੇ ਜੜ ਤਾਂ ਫੜਦੇ ਨਹੀਂ, ਪਹਿਲਾਂ ਤਾਂ ਪਾਣੀ ਲੱਗਿਆ ਇਹਨੂੰ, ਕੱਲੇ ਨਹੀਂ ਇਹਨੂੰ ਪਾਣੀ ਲੱਗਿਆ, ਅੱਜ ਨਹੀਂ ਲੱਗਿਆ, ਅੱਜ ਥੋੜ੍ਹੀ ਦੇਰ ਪਿਆ ਹੁਣ ਪਾਣੀ, ਚਲੋ ਇਹਨੇ ਉਹ ਹੋ ਜਾਣਾ ਹੁਣ ਆਪਣਾ
ਕੱਲ ਨੂੰ ਭਰਦੇ ਹਾਂ ਇਹਨੂੰ। ਲਾਈਟ ਹੁਣ ਜੇ ਆ ਜਾਂਦੀ ਤਾਂ ਭਰ ਜਾਣਾ, ਤਾਂ ਉੱਧਰ ਗਿਆਰਾਂ ਰਹਿ ਗਿਆ, ਅੱਧਾ ਗਿਆਰਾਂ ਹੋਰ ਰਹਿੰਦਾ ਹਲੇ। ਪਨੀਰੀ ਪੱਟਣ ਲੱਗੇ ਹੋਏ ਹਾਂ, ਇਹ 'ਚ ਵੀ ਦਵਾਈ ਪਾਤੀ, ਇਹ 'ਚ ਵੀ ਦਵਾਈ ਪਾਤੀ। ਲਓ ਜੀ ਬਾਈ, ਪਾਵਰ ਫਿਰ ਆ ਗਈ ਹੁਣ ਕੁਦਰਤੀ। ਦੇਖੋ ਹਾਲੇ ਮੈਂ ਆਹ ਪੈਪ ਖੋਲਿਆ, ਇਹਨਾਂ ਦਾ ਵੀਰ ਇਹਨਾਂ ਨੇ ਇਹ ਵੀ ਲਾ ਲਿਆ ਇੱਧਰ ਪਾਣ ਨੂੰ, ਕਹਿੰਦਾ ਵੀ ਇਹ ਹੋ ਜੂਗਾ। ਆਹ ਪੈਪੇ ਬੰਨੇ ਮਤਲਬ ਮੈਂ ਉਹੀ ਖੋਲ ਚੱਲੇ ਵੀ ਰਾਤ ਬਰਾਤ ਨੂੰ ਜੇ ਆ ਗਈ ਤਾਂ ਚੱਲ ਪੂਗੀ। ਇਹ ਹੁਣੇ ਹਲੇ ਪੈਪ ਖੋਲ ਕੇ ਹੇਠਾਂ ਲਾਏ ਰਿਹਾ ਤਾ ਅੱਧਾ ਢੱਕਣ ਲੱਗਿਆ ਤਾ, ਜਦੇ ਪਾਵਰ ਆ ਗਈ ਹੁਣ ਚੱਲ ਪਈ ਉੱਧਰ ਨੂੰ, ਅਤੇ ਉਹ ਜਾਂਦੀ ਆ ਹੁਣ ਆਪਣਾ ਬੜਿਆ, ਉਹ ਵੀ ਭਰ ਜੂਗਾ ਖੇਤ। ਚਲੋ ਵਧੀਆ ਹੋ ਗਿਆ ਇਹ, ਨਹੀਂ ਤਾਂ ਮੈਨੂੰ ਡਰ ਜਿਹਾ ਲੱਗਣ ਲੱਗ ਗਿਆ ਤਾਂ ਵੀ ਬੂਟੇ ਜਿਹੇ ਸੁੱਕਣ ਲੱਗ ਗਏ। ਚਲੋ ਫਿਰ ਹੁਣ ਚੱਲਦੇ ਹਾਂ ਉੱਧਰ ਬਾਈ, ਟਰਾਲੀ ਮੰਗਵਾਉਂਦੇ ਹਾਂ। ਜਸ਼ਨ ਨੂੰ ਕਿਹਾ ਮੈਂ ਲੈ ਕੇ ਆ ਛੋਟੀ ਟਰਾਲੀ, ਇਸੇ ਕਰਕੇ ਮੈਂ ਛੋਟੀ ਟਰਾਲੀ 'ਚ ਬਾਈ ਟਿਊਬਾਂ ਪਵਾਈ ਦਿਆਂ। ਉਹ ਟਿਊਬਲੈਸ ਟਾਇਰ 'ਤੇ ਹਵਾ ਨਿਕਲੀ ਜਾਂਦੀ ਤੀ, ਕਿਹੜਾ ਰੋਜ਼ ਰੋਜ਼ ਭਰੀ ਜਾਵੇ, ਘੱਸ ਗਏ ਤੇ ਸਾਈਡਾਂ ਮੋੜ ਤੋਂ ਟਾਇਰ ਘੱਸ ਕੇ ਉੱਥੇ ਲੀਕ ਰਹਿੰਦਾ। ਟਿਊਬਾਂ ਪਵਾ ਦਿਆਂ, ਇੰਨਾ ਨਜ਼ਾਰਾ ਆਇਆ ਹੋਇਆ ਬਾਈ, ਜਦੇ ਪਨੀਰੀ ਉੱਧਰ ਉੱਧਰ ਪਜਾਣੀ, ਬੰਦੇ ਉੱਧਰ ਉੱਧਰ ਪਜਾਣੇ। ਚਲੋ ਲਿਆਓ, ਉਹਦੇ ਪਰ ਸੌਖਾ ਰਹਿੰਦਾ। ਅਤੇ ਹੁਣ ਉਹ ਉੱਥੇ ਲੱਦ ਕੇ ਪਰਲੇ ਖੇਤ 'ਚ ਪਜਾਉਂਦਾ ਪਨੀਰੀ ਨੂੰ। ਬਾਕੀ ਹੁਣ ਮੋਟਰਾਂ ਵੀ ਬੰਦ ਕਰਦੀਆਂ, ਹੁਣ ਆਪਣੀ ਪਰਲੀ ਮੋਟਰ ਵੀ ਬੰਦ ਕਰਤੀ, ਪੀਟਰ ਵਾਲੀ ਵੀ, ਉਹ ਮੋਟਰ ਬਿਲਕੁਲ ਬੰਦ ਕਰਤੀ। ਪਾਣੀ ਥੋੜ੍ਹਾ ਘੱਟ ਰੱਖਣਾ ਹੈ 2 ਕੁ ਦਿਨ, ਉਹ ਤੋਂ ਬਾਅਦ ਫਿਰ ਭਰ ਦੂੰਗੇ ਜਾਂ ਜੜ ਫੜ ਲੂਗੇ। ਫਿਰ ਲਵਾਈ ਵੀ ਜੇ ਪਾਣੀ ਘੱਟ ਹੋਵੇ ਨਾ ਬਾਈ, ਲਵਾਈ ਬਹੁਤ ਵਧੀਆ ਕਰਦੇ ਹਾਂ। ਜੇ ਆਪਾਂ ਪਾਣੀ ਨਾਲ ਭਰ ਦਿੰਦੇ ਨਾ, ਫਿਰ ਲਵਾਈ ਨਹੀਂ ਇੰਨੀ ਵਧੀਆ ਕਰਦੇ, ਜਿੰਨੇ ਪਾਣੀ ਘੱਟ ਤੇ ਲਵਾਈ ਵਧੀਆ ਹੁੰਦੀ। ਹੁਣ ਰਾਤ ਨੂੰ ਪਾਣੀ ਪੈ ਜਾਣਾ ਇਹ 'ਚ, ਅਤੇ ਰਾਤ ਨੂੰ ਜੜ ਨੂੰ ਪਾਣੀ ਲੱਗ ਕੇ ਜਿਹੜੇ ਹਰਿਆਈ ਮਾਰਨੇ ਉਹ ਮਤਲਬ ਕਿ ਕਹਿਣਾ ਸੁੱਕਾ ਜਿਹਾ ਪਿਆ, ਅਤੇ ਰਾਤੋ ਰਾਤੀ ਨੇ ਵਧੀਆ ਹਰਿਆਈ ਜੀ ਮਾਰਨ ਲੱਗ ਜਾਣੀ, ਜਿੰਦਾ ਡਟਿਆ ਹੋਇਆ। ਬਾਕੀ ਕੱਲ੍ਹ ਨੂੰ ਇਹਨਾਂ ਨੂੰ ਵੀ ਫਿਰ ਮੋਟਰ ਦੇਈਏ, ਜੇ ਕੱਲ੍ਹ ਤੱਕ ਜੇ ਪੂਰੇ ਭੈਣ ਭਰ ਗਿਆ ਬਸ, ਫਿਰ ਕੱਲ੍ਹ ਨੂੰ ਇਹਨਾਂ ਨੂੰ ਆਹ ਮੋਟਰ ਵੀ ਦੇਣੀ ਵੀ ਇੱਧਰ ਕਰ ਲਓ ਜੀ, ਇੱਧਰ ਕਰਨਾ। ਵੈਸੇ ਇਹਨਾਂ ਨੇ ਉੱਪਰਲਾ ਖੇਤ ਲਾਉਣਾ, ਕਿਉਂ ਮੇਰੀ ਸਲਾਹ ਹੈ ਵੀ ਇਹਨਾਂ ਕੋਲ 110 ਬੀਜ ਬਚ ਜਾਣਾ ਆਪਣੇ ਵਾਲੀ 'ਚ ਕਾਖਾ। ਮੈਂ ਕਿ ਇੱਕ ਅੱਧਾ ਦਿਨ ਰੁਕ ਕੇ, ਮੈਂ ਤਾਂ ਆਪਣੇ ਵਾਲੀ ਜੀ ਪਨੀਰੀ ਨਾਲ ਵੀ ਸਰ ਜਾਣਾ, ਤਾਂ ਵੀ ਇੱਕ ਅੱਧਾ ਦਿਨ ਰੁਕ ਕੇ ਹੀ ਕਰ ਲੂੰਗਾ ਇਹਨਾਂ ਦੀ ਪਨੀਰੀ ਫੱਟ ਲੂੰਗੇ। ਇਹਨਾਂ ਨੇ 3 ਕੁ ਕਿੱਲੇ ਲਾਉਣੇ ਆ 10 ਦੇ, ਬਾਕੀ 26 ਲਾਉਣੀ ਆ, ਹੋਰ ਲਾਉਣੀ ਆ, ਇਸ ਕਰਕੇ ਕਹਿੰਦਾ ਵੀ ਦੇਖ ਲਿਓ। ਵੀਰ ਆਹ ਮੋਟਰ ਵੀ ਇੱਧਰ ਛੱਡਣੀ, ਕਿਹੜੀ ਸਵੇਰੇ ਆਪਣੇ ਵਾਲੀ, ਇਹਦੇ ਨਾਲ ਆਪਾਂ ਇੱਧਰ ਸਾਰੇ 'ਚ ਪਾਣੀ ਪਾ ਲੂੰਗੇ, ਉੱਧਰ ਤਾਂ ਨਹੀਂ ਛੱਡਣੀ। ਹਾਂ ਹੁਣ ਰਾਹ ਨਹੀਂ ਰਹਿਣਾ, ਮਤਲਬ ਕਿ ਹੁਣ ਆਹ ਕੱਢ ਦੇਣਾ ਇੱਕ ਖੇਤ, ਫਿਰ ਉਹਨੂੰ ਵੀ ਕਹਿ ਦੇਣਾ ਵੀ ਉਹ ਖੇਤ ਤਾਂ ਲਾ ਲੈਂਦਾ ਇੱਕ। ਹਾਂ ਉਹ ਖੇਤ ਲਵਾਓ ਉਹਦਾ ਪਹਿਲਾਂ, ਕਿਉਂ ਆਹ ਲਵਾ ਕੇ ਉਹਨੂੰ ਕੱਲ੍ਹ ਵੀ ਕਹਿ ਦਿਓ, ਫਿਰ ਜੇ ਬਾਅਦ 'ਚ ਆਪਣਾ ਟਾਈਮ ਬਚ ਗਿਆ ਭਾਈ, ਉਹ ਉਹਨੂੰ ਪਾਣੀ ਛੱਡ ਲੈ। ਹਾਂ ਹਾਂ ਯਾਰ ਇਹ 2 ਖੇਤ ਆ ਉਹਨੂੰ, ਪੈਰ ਫਿਰ ਵੀ ਉਹ ਤੇਰੇ ਵਾਲੇ 'ਚੋਂ ਹੀ ਲੱਗਣਾ, ਪਰ ਉਹ ਤਾਂ ਬਾਅਦ 'ਚ ਲਾਉਣੀ ਆ ਹੈ ਨਾ, ਮੂਹਰੇ ਮੂਹਰੇ ਦਾ। ਹਾਂ ਉਹ ਤਾਂ ਫਿਰ ਤੇਰਾ ਉਹ ਹੈ ਨਾ ਬਾਹਰ, ਹਾਂ ਉੱਥੇ ਤੱਕ ਤਾਂ ਰਸਤਾ ਰਹੂਗਾ, ਉਹ ਮੱਕੀ ਵਾਲਾ ਬਾਅਦ 'ਚ ਲੱਗੂਗਾ। ਠੀਕ ਹੈ ਠੀਕ ਹੈ, ਹਾਂ ਉਹ ਵਿਚਾਲੇ ਖੇਤ ਹੈ ਉਹਦਾ ਔਖਾ ਹੈ, ਇਹਨੂੰ ਸਾਈਡਾਂ ਪਰ ਬਾਈ ਇੱਕ ਇੱਕ ਵਾਰ ਹੋਰ ਘੁੰਮਾ ਦੀ, 2 ਵਾਰ ਸਾਈਡਾਂ ਪਰ 2 ਵਾਰ ਗੇੜਾ ਦਵਾ ਦੀ, ਅਤੇ ਵਿੱਚ ਨਾ ਉਹ ਕਰਾਈ। ਹਾਂ ਲਓ ਬਾਈ ਹੁਣ ਦੇਖਦੇ ਕਿੰਨੀ ਦੇਰ ਚੱਲਦੀ ਹੈ, ਜੇ ਚੱਲ ਜਾਵੇ 2-3 ਘੰਟੇ ਫਿਰ ਤਾਂ ਭਰ ਦੂਗੀ। ਜਿੱਥੇ ਜਿੱਥੇ ਬਾਈ ਪਾਣੀ ਖੜਿਆ ਉਹ ਹਰਿਆਈ ਮਾਰਦੀ ਹੈ, ਉੱਥੇ ਜਿੱਥੇ ਮਾੜਾ ਸੁੱਕ ਗਿਆ ਉੱਥੇ ਥੋੜ੍ਹੀ ਹੋਰ ਦਿਖਦੀ ਹੈ, ਬਟ ਸੁੱਕਦਾ ਹੈ। ਚੱਲ ਹੁਣ ਮੇਰੀਆਂ ਦੇਖੋ ਪਾਰਾਂ ਵੀ ਮੈਂ ਬੰਦ ਕਰਤੀ ਮੋਟਰ ਤਾਂ ਹੀ,
ਤੇ ਉਧਰ ਵੀ ਦੋਹੇ ਮੋਟਰਾਂ ਬੰਦ ਕਰਦੇ ਆ, ਪਾਣੀ ਪੂਰਾ ਹੋਇਆ ਵਾ। ਇਹ ਚ ਦਵਾਈ ਪੈ ਗਈ, ਵਾਪਰ ਲਈ ਰਹਿ ਗਿਆ ਜਿਹਦੇ ਲੱਗ ਰਹੀ ਆ, ਇਹਨਾਂ ਚ ਪੈ ਗਈ ਦਵਾਈ। ਉਧਰ ਹਲੇ 5 ਕਿੱਲਿਆਂ ਚ ਪਾਉਣੀ ਆ, ਉੱਥੇ ਤਾਂ ਨਹੀਂ ਪਾਈ ਤੀ ਪਾਣੀ, ਇੱਕ ਦੂਏ ਕੈਰੇਜ ਨੂੰ ਪਰਾਂ ਨਿਕਲਦਾ ਉਹਦਾ, ਤਾਂ ਕਰਕੇ ਨਹੀਂ ਪਾਈ ਤੀ। 8 ਫੁੱਟਾ ਹੀ ਲਿਓ ਕਹਿੰਦਾ, ਲੈਣਾ ਰੋਟਾਵੇਟਰ ਮੈਂ 8 ਹੀ ਲਿਓ। 8 ਵਧੀਆ ਚਲਾ ਰਿਹਾ, ਕੋਈ ਫਰਕ ਨਹੀਂ। ਇਹ 8 ਵਿੱਚ ਵਿੱਚ ਹੈ ਬਾਈ, 8.5 ਫੁੱਟ ਹੈ ਇਹ ਰੋਟਾਵੇਟਰ। ਨਾ ਨਾ, ਇਹ ਪੂਰਾ 8 ਵਿੱਚ ਵਿੱਚ ਹੈ। ਲੋ ਬਈ ਰਾਜਾ ਲੱਗਿਆ ਨਹਾਉਣ, ਪਨੀਰੀ ਪੱਟ ਕੇ ਹੋ ਗਿਆ ਵਿਹਲਾ। ਇਹ ਮੁੰਡਾ ਮੱਛੀਆਂ ਬਹੁਤ ਫੜਦਾ ਬਾਈ, ਤੈਰਦਾ ਬਹੁਤ ਹੈ ਇਹ। ਪਾਣੀ ਚਾਹੇ 15-20 ਫੁੱਟ ਡੂੰਘਾ ਹੋਵੇ, ਵਿੱਚ ਜਾ ਕੇ ਪਰਾਂ ਜਾ ਕੇ ਜਾਲ ਲਾਇਆ ਹੁੰਦਾ, ਅਤੇ ਇਹੋ ਜਿਹੀ ਗਰਮੀ 'ਚ ਵੀ ਮੱਛੀਆਂ ਮੁੱਛੀਆਂ ਪੂਰੀਆਂ ਖਾਂਦਾ ਇਹ। ਅੱਜ ਨਹੀਂ ਗਿਆ, ਤਾਂ ਜੀਰੀ ਲਾਉਣੀ ਹੈ, ਅਤੇ ਪਾਵਰ ਬਾਈ ਚੱਲਦੀ ਆ, ਅਤੇ ਉੱਧਰ ਵੀ ਬੰਦੇ ਲੱਗੇ ਹੋਏ ਪੱਟਣ, ਇਹ ਵੀ ਇਹਨਾਂ ਦੇ ਹੀ ਆ। ਕੁਛ ਆਪਣੇ ਪੱਟਣ ਅੱਗੇ ਘੱਟ ਗਈ ਤੀ ਉੱਧਰ ਅੱਧਾ ਕਿਆਰਾ, ਉਹ ਦੂਏ ਬੰਦੇ ਆਪਣੀ ਖੂਹ ਪਲਦੇ ਉੱਧਰ ਲਈ ਪੱਟ ਰਹੇ ਆ, ਪਨੀਰੀ ਨੂੰ ਲੱਗੇ ਹੋਏ ਆ ਬੰਦੇ ਪੱਟਣ, ਅਤੇ ਟਰੈਕਟਰ ਛੱਡ ਗਿਆ ਜਿਸ ਨੇ ਮੋਟਰਸਾਈਕਲ ਲੈ ਗਿਆ, ਅਤੇ ਹੁਣ ਇਹਨੂੰ ਆਪਾਂ ਲੋਡ ਕਰਕੇ ਪਨੀਰੀ ਨੂੰ ਅਤੇ ਫਿਰ ਲੈ ਜੂੰਗੇ ਉੱਧਰ, ਤਾਰ ਦੂੰਗੇ ਪਾਣੀ ਦੇ ਵਿੱਚ ਖੇਤ 'ਚ। ਉੱਧਰ ਮੋਟਰਾਂ ਬਾ, ਹੁਣ ਮੋਟਰ ਆਪਣੀ ਕਾਰ ਚੱਲਦੀ ਆ, ਇਹ ਵੀ ਵੀਰਨਾਂ ਨੇ ਛੱਡੀ ਹੋਈ ਆ, ਅਤੇ ਇੱਕ ਆਪਣੀ ਉਹ ਚੱਲਦੀ ਆ ਪਰਾਂ, ਦੂਜੀ ਉਹ ਖੇਤ ਨੂੰ ਸਮਝ ਲਓ। ਅੱਜ 3 ਮੋਟਰਾਂ ਬੰਦ ਹੋ ਗਈਆਂ, ਜਗਦੀਪ ਸਿੰਘ ਵੀ ਪਹੁੰਚ ਗਿਆ, ਅਤੇ ਬਈ ਆਹ ਦੇਖੋ ਆ ਵੀ ਕਿੰਨੀ ਛੇਤੀ ਤਿਆਰ ਹੋ ਰਹੀ ਆ, 110 ਇਹ ਬਿਜੀ ਦੀ ਮੈਂ ਉਹਦੇ ਕਰਕੇ, ਪਰ ਮੈਨੂੰ ਲੱਗਦਾ ਵੀਰ ਕੋਲ ਬਹੁਤ ਆ, ਉਹ ਬਚ ਜਾਣੀ ਨੇ। ਹੁਣ ਆ ਗਿਆ ਜਗਦੀਪ, ਆ ਗਿਆ, ਇਹ ਦੇਖਣੇ ਆਇਆ ਵੀ ਕਿੰਨੀ ਕੁ ਲੱਗ ਗਈ, ਕਿੰਨੇ ਕੁ ਬੰਦੇ ਲਗਾ ਫਿਰਦੇ, ਬੰਦੇ ਹੀ ਬੰਦੇ ਲੱਗੇ ਹੋਏ ਆ। ਹਾਂ ਕਿਵੇਂ ਆ ਬਾਈ, ਹਫੜਾ ਦਫੜੀ ਮਿਜੀ ਪਈ ਆ, ਇਹ ਇਹਨੂੰ ਐਂ ਵੀ ਮੈਂ ਹੀ ਲਾ ਦਵਾਂ ਪਹਿਲਾਂ, ਬਸ ਫਿਰ ਮੈਨੂੰ, ਮੈਂ ਵੀ ਤੈਨੂੰ ਇਹ ਠੀਕ ਆ, ਕਦ ਲੱਗੇ ਮੈਂ ਪਨੀਰੀ ਪੱਟਾਂ ਬਾਕੀ ਦੀ। ਉਹ ਉੱਧਰ ਪਿੰਡ ਲਾਉਣਾ ਖੇਤ ਉੱਧਰ ਪਾਰ, ਉੱਥੇ ਹੈਂ ਕਿੱਥੇ ਭੈਣੀ ਵੀ ਭਰਤਾ ਖੇਤ, ਬਸ ਫਿਰ ਤੇਰਾ ਕੱਲ ਨੂੰ ਨਿਬੜ ਜਾਣਾ, ਬਸ ਤੇਰੇ ਛੱਬੀ ਵਾਲਾ ਬਸ, ਜਿੰਨੀ ਬਚ ਗਏ ਬਸ ਉਹ ਤਾਂ ਮੈਂ ਸਾਰੀ ਪੱਟ ਰਹਿਣੀ, ਬਾਕੀ ਤਾਂ ਉਹ 26 ਲਾਉਣੀ ਤਾਂ। ਬਸ ਫਿਰ ਮੇਰੀ ਇੱਕ ਹੋਰ ਸਲਾਹ ਬਣ ਗਈ, ਹੁਣ ਮੈਂ ਹੁਣ 2 ਦਿਨ ਅਟਕ ਕੇ ਨਾ, ਮੈਂ ਤੇਰੇ ਆਹੀ ਹੁਣ ਮੇਰੀ ਸਲਾਹ ਹੋਰ ਬਣ ਗਈ, ਨਹੀਂ ਤੇ ਮੇਰੀ ਸਲਾਹ ਤੀ ਵੀ ਤੇਰੀ ਵਾਲੀ ਜੇ ਮੈਨੂੰ 1.5 ਕਿੱਲੇ ਦੀ ਤਾਂ ਬਚੇ ਜਾਊਗੀ, ਮੈਨੂੰ ਪਤਾ ਠੀਕ ਆ, 1 ਕਿੱਲੇ ਦੀ ਬਚ ਜਾਣੀ ਇਹ ਹਰਸ਼ਵੀਰ ਕੋਲ, ਉਹਦੇ ਕੋਲ ਨਹੀਂ ਬਚੇ ਕਿਉਂ, ਉਹਦੇ ਕੋਲ ਤਾਂ ਆਪਾਂ ਮੈਨੇ ਪੱਟਣੀ ਸਾਰੀ ਸਾਰੀ ਕਿਤੇ 2 ਕਿੱਲੇ ਦੀ ਪਨੀਰੀ ਦਿੱਤੇ, 1 ਕਿੱਲਾ ਦਲਵੀਰ ਨੇ ਪੱਟ ਲਿਆ। ਉਹ ਯਾਰ ਮੈਂ ਸਵੇਰੇ ਦਾ ਦੇਖ ਕੇ ਆਇਆ, ਜਾ ਕੇ ਦੇਖ ਕੇ ਨਾ ਫਿਰ, ਉਹ ਤਾਂ ਗੱਲ ਹੀ ਹੋ ਗਈ। ਨਹੀਂ ਯਾਰ ਤੂੰ ਫੇਰ, ਮੈਂ ਦੇਖ ਆਉਣਾ, ਕੋਈ ਗੱਲ ਨਹੀਂ ਦੇਖ ਆਉਣਾ, ਮੈਨੂੰ ਨਹੀਂ ਲੱਗਦਾ ਬੱਚੂ ਯਾਰ, ਮੈਂ ਤਾਂ ਮੈਨੂੰ, ਮੈਂ ਤਾਂ ਗਿਆ ਨਹੀਂ, ਪੰਮਾ ਵੀ ਨਹੀਂ ਗਿਆ, ਮੈਂ ਸਵੇਰੇ ਜਾ ਕੇ, ਪੰਮੇ ਦੇ ਭਈਏ ਪੱਟਨੇ ਆ ਯਾਰ ਉੱਥੇ, ਉਹ ਮੈਨੂੰ ਜਿਹੜੇ ਭਈਏ ਪੱਟਦੇ ਤੇ ਨਾ ਉਹਨਾਂ ਨੇ ਕਿਹਾ, ਹਾਂ ਜਿਹੜੀ ਕੱਲ ਉੱਥੇ ਦੇ ਗੁੱਛੀਆਂ ਬਚੀ ਵੀ ਤੇ ਆਈਆਂ ਨਾ, ਉਹ ਦਲਵੀਰ ਕੋਲ ਉੱਕਣੇ ਮੋਟਰ ਚਰਚੇ ਚ ਪਾਈ ਹੋਈ ਆ, ਨਤੀਆ ਕਹਿੰਦਾ ਵੀ 10 ਗੁੱਛੀਆਂ ਹੋਰ ਪੱਟਾਉਣੀਆਂ ਵੀ ਇਹਦਾ ਖੇਤ ਆਹ ਲਾ ਜਾਣਾ, ਉਰੀ ਲਾਉਣੀ ਪਿੰਡ ਠੀਕ ਆ, ਹਾਂ ਬਾ ਉਹ ਖੇਤ ਲੱਗਣਾ ਇਹਦਾ। ਉਹਦੇ ਬਾਅਦ ਕਹਿੰਦਾ ਵੀ ਪੰਮੇ ਦਾ 1 ਕਿੱਲਾ, ਕਹਿੰਦਾ 1 ਕਿੱਲੇ ਦੀ ਪਨੀਰੀ ਬਚ ਜਾਣੀ, ਮੈਂ ਠੀਕ ਆ,
ਕਿੱਲੇ ਡੇਢ ਕਿੱਲੇ ਤੇਰੀ ਬਚ ਗਈ। ਮੇਰੀ ਸਲਾਹ ਵੀ ਅੰਬ ਵਾਲੇ ਜਿਹੜੇ ਬਾਅਦ ਵਾਲੇ ਲੈ ਪਿਆ ਉੱਪਰ ਵਾਲੇ ਉਹ ਲਾ ਦਵਾਂ, ਉਹ ਲਾਈਨ ਜਿਹੜੀ ਮੇਰੀ ਹੁਣ ਕੰਮ ਚੱਲਦੀ ਹੈ ਸਾਰੀ ਵੀ ਆਹ ਵੀਰ ਕੋਲ ਦੀ ਬਹੁਤ ਵੱਜ ਨਹੀਂ ਕਹਿੰਦਾ ਦਸ ਵੀ ਇਹ ਲਾ ਦਵਾਂ। ਦਸ ਤਾਂ ਮੇਰੀ ਬਹੁਤ ਪਈ ਹੈ ਬਚ ਗਈ, ਪਰ ਉਹ 'ਚ ਕੱਖ ਹੈ ਮੈਂ ਨਹੀਂ ਲਾਉਣਾ ਚਾਹੁੰਦਾ ਉਹ, ਆ ਜਾ ਦਿਖਾਵਾਂ ਤੈਨੂੰ। ਦਸ ਗੁੱਛੀਆਂ ਤੇਰੇ ਤੇ ਆਉਂਗੀਆ ਕੱਲ ਨੂੰ 468 ਨੂੰ। ਲੋ ਬਈ ਹਾਲੇ ਬੰਦੇ ਪਨੀਰੀ ਪੱਟੇ ਰਹੇ ਆ, ਕਹਿੰਦੇ ਹਾਲੇ ਹੋਰ ਝੱਟ ਲਾਣ ਦੋ, ਹਾਲੇ ਅੱਧਾ ਘੰਟਾ ਹਾਲੇ ਦਿਖ ਰਿਹਾ ਕੱਖ ਉਹਨਾਂ ਨੂੰ ਪਨੀਰੀ 'ਚ, ਤਾਂ ਮੈਂ ਕਿਹਾ ਪੱਟ ਲਓ ਵਧੀਆ। ਅਤੇ ਡੇਢ ਕਿੱਲਾ ਉਹ ਲਾ ਤਾ ਉਹਨਾਂ ਨੇ ਉੱਪਰਲੀ ਸਾਈਡ ਜਗਦੀਪ, ਅਤੇ ਬਾਕੀ ਆਹ ਰਹਿ ਗਏ ਆਪਣੇ 3 ਕਿੱਲੇ 3.5 ਕਿੱਲੇ ਕੱਲ੍ਹ ਨੂੰ ਆਹ ਨਿਬੇੜ ਦਿੰਦੇ ਇਹਨਾਂ ਨੇ ਪੱਟੀ। ਠੀਕ ਆ, ਬਸ ਇਹੀ ਡਰ ਆ ਮੈਨੂੰ ਇਹਦੇ ਹੀ ਖੇਤ ਦਾ ਡਰ ਤਾ, ਹੋਰ ਮੈਨੂੰ ਹੁਣ ਕੋਈ ਇੰਨੀ ਉਹ ਨਹੀਂ ਹੈਗੀ। ਆਹੀ ਨੀਵੇਂ ਤੇ ਆਹ ਵੀ ਲੱਗ ਗਿਆ, ਉਹ ਵੀ ਨੀਵਾਂ ਲੱਗ ਗਿਆ ਥੱਲੇ ਡੇਢ ਕਿੱਲਾ ਉਹ ਲੱਗ ਗਿਆ। ਹਾਂ ਉਹ ਵੀ ਨੀਵਾਂ ਲੱਗ ਗਿਆ, ਅਤੇ ਉੱਥੇ ਵੀ ਉਹ 2 ਕਿੱਲੇ ਨੀਵੇਂ ਆ ਉਹ ਜਿਹੜੇ ਪਰਾਂ ਨਦੀ ਵੱਲ ਜਿਹੜੇ ਪਹਿਲਾਂ ਲਾਏ ਸਭ ਤੋਂ ਪਹਿਲਾਂ ਲਾਏ, ਪਾਣੀ ਆਉਂਦਾ ਕੁਮਾਰਪੁਰ ਦੇ ਉੱਧਰ ਨੂੰ ਵੀ। ਉੱਥੇ ਤਾਂ ਉੱਥੇ ਤਾਂ ਮੰਨ ਲਾ 1-2 ਦਿਨ ਬਾਅਦ ਰੁਕ ਵੀ ਜਾਂਦਾ, ਮੰਨ ਲਾ ਅੱਜ ਮੀਂਹ ਪਿਆ ਤਾਂ ਕੱਲ੍ਹ ਦੀ ਦਿਹਾੜੀ ਪਾ ਕੇ ਰੁਕ ਜਾਣਾ, ਉਰੇ ਤਾਂ ਫਿਰ ਪੱਕਾ ਹੀ ਕੰਮ ਹੋ ਜਾਂਦਾ ਨਾ, ਚੱਲੀ ਹੋ ਜਾਂਦਾ ਇਹ ਖੇਤਾਂ ਦਾ, ਉਰੇ ਤਾਂ ਪਹੀ ਹੁਣ ਦੇਖਣੀ ਆ ਸਾਨੂੰ ਬਸ, ਇਹਦੇ ਬਾਅਦ ਉਰੇ ਪਨੀ ਪਹੀ ਨੂੰ ਲੰਘਣਾ ਔਖਾ ਹੋ ਜਾਣਾ। ਇਹਨੂੰ ਪਾਣੀ ਕਿੱਥੋਂ ਟਪਾਉਣਾ ਫਿਰ ਤੂੰ? ਕਿਹਨੂੰ? ਵੀਰੇ ਉਹ ਉੱਥੇ ਮੁੱਗੂ ਆਪਣਾ ਉਹਦੇ, ਅੱਛਾ ਖੂੰਜੇ ਜਾ ਉੱਥੇ, ਉਹ ਦੇ ਚਿੰਨੇ ਨੂੰ ਕਹਿ ਦਵਾਂ ਸਾਫ਼ ਕਰਦੇ ਇਹਨੂੰ ਲਾਉਣ ਤੇ ਪਹਿਲਾਂ, ਵੀ ਆਹ ਸਾਈਡ ਸਾਈਡ ਖੁਰਚੀ ਕੱਲ੍ਹ ਨੂੰ ਖਰਚਾਊਂਗਾ ਸਵੇਰੇ, ਉਹ ਬਟਨ ਨੂੰ ਮੈਂ ਕਿਹਾ ਉਹ ਨੱਕਾ ਜਿਹਾ ਦਿਖਣ ਲਾ ਦੇ ਲਿਪ ਕੇ ਹੈ ਕਿ ਨਹੀਂ ਵਿੱਚੇ ਦੱਬ ਦੇ, ਕਿਹਾ ਤਾਂ ਹੈ ਤਾਂ ਕਰਿਆ ਨਹੀਂ ਉਹਨੇ, ਪਰ ਚੱਲ ਕੱਲ੍ਹ ਨੂੰ ਲਾਉਂਗੇ। ਬਾਕੀ ਆਹ ਬਟਨ ਲਿਪਤੀ ਇੱਕ ਰਹਿ ਗਈ ਉਹ ਪਰਲੀ ਵਿਚਾਲੇ ਵਾਲੀ, ਵਿੱਚ ਨੂੰ ਦਿਖਦਾ ਸੂਰਜ ਢਲਦਾ ਹੈ ਪਾਣੀ ਦੇ ਵਿੱਚ ਨੂੰ ਹੈ ਬਾਈ, ਉਹ ਉੱਪਰ ਹੈ ਦੇਖੋ ਮੜੀ ਰੋਸ਼ਨੀ ਜੀ ਅਤੇ ਵਿੱਚ ਨੂੰ ਦਿਖ ਰਿਹਾ, ਉੱਧਰ ਸੂਰਜ ਦੇਵਤਾ ਢਲ ਗਿਆ, ਇੱਧਰ ਚੰਦ ਚੜ੍ਹ ਵੀ ਗਿਆ, ਇੱਕ ਚੰਦ ਆ ਬੈਠਿਆ ਉਹ ਦੇਖ ਲਾ ਬੱਦਲਾਂ ਦੇ ਓਹਲੇ ਹੋਇਆ ਹੋਇਆ, ਮਰ ਜਾਂਦੀਆਂ 3000 ਵਰਤ ਰੱਖਿਆ ਹੁੰਦਾ ਵੀ ਹਲੇ ਤੱਕ ਚੜ੍ਹਿਆ ਨਹੀਂ, ਹੁਣ ਦੇਖ ਅੱਧ ਤੱਕ ਪਹੁੰਚਿਆ ਫਿਰਦਾ ਦੇਖ ਹੈ, ਹੁਣ ਦੇਖ ਉਹ ਦੇਖੋ ਪਾਣੀ 'ਚ ਵੀ ਦਿਖਦਾ, ਦਿਖਦਾ ਪਾਣੀ 'ਚ ਰਾਤ ਦੇਖਦਾ ਜਗਦੀਪ, ਰਾਤ ਮੈਂ ਨਾ ਇਹਨੂੰ ਕਹਿਣ ਕਰਕੇ ਇਹਨੂੰ ਕਰਕੇ ਗਿਆ। ਠੀਕ ਆ, ਜਦ ਮੈਂ ਰਾਤ ਇਹਨੂੰ ਕਹਿਣ ਕਰਕੇ ਗਿਆ ਸਕੂਲ, ਉਹ ਦੇਖ ਲਾ ਅਕੈਡਮੀ ਕਿੱਥੇ ਆ, ਅਕੈਡਮੀ ਦੀ ਲਾਈਟ ਦੇ ਲੈ ਪਾਣੀ ਇੰਨੀ ਬਜਰੀ ਦੀ ਗੱਲ ਛੱਡ ਦੇ, ਇੰਨੀ ਬਜਰੀ ਮੈਂ ਲਾਈਟ ਕਾਹਦੀ ਹੈ ਇਹ, ਹੁਣ ਉਹ ਲਾਈਟ ਕਿੱਥੇ ਵਲਦੀ ਆਉਣੇ ਪਿੰਡ ਵਲਦੀ, ਹਾਂ ਤੇਰੇ ਪਾਣੀ ਦੇ ਖੁੰਜੇ, ਹਾਂ ਪਾਣੀ ਦੇ ਖੁੰਜੇ ਵਲਦੇ, ਦੇਖ ਲਾ ਕਿੰਨਾ ਉਹ ਪੈਂਦਾ, ਉਹ ਦੇਖ ਲਾ, ਹਾਂ ਉਹ ਦੇਖ ਲਾ ਉਹ ਪਾਣੀ ਦੇ ਵਿੱਚ ਲਾਈਟ ਬਜਰੀ, ਉਹ ਕਿੱਥੇ ਫਾਰਮ 'ਚ ਲਾਈਟ ਹੈ। ਚੱਲ ਇਹ ਤਾਂ ਠੀਕ ਹੈ, ਮੈਂ ਦੇਖੀ ਵੀ ਕਿਆ ਖੜਿਆ ਮੇਰੇ ਪੋਲਰਾਂ ਦੇ ਉੱਥੇ, ਜਦ ਮੈਂ ਉਹ ਮੋੜ ਮੁੜਿਆ ਉਹੀ ਕੰਮ ਹੋ ਗਿਆ ਜਿੱਦਣ ਉਹਦਾ ਹੈਡਰਾ ਖੜਾ ਸਾਬਾ ਦੇਖੀ ਖੜਾ ਗਿਆ ਵੀ ਹੈ ਕਿਆ ਇੰਨੀਆਂ ਲਾਈਟਾਂ ਕਿਆ ਲਾ ਦਿਆ, ਮੈਨੂੰ ਹੋਰ ਸ਼ੱਕ ਪਈ ਤੀ ਮੈਂ ਕਿਤੇ ਦਿੱਲੀ ਨਾ ਦੇ ਉੱਤੇ ਮੋਟਰ ਪਾਈਏ ਪਾਲਟੀ ਸ਼ਾਲਟੀ ਕਰੀ, ਮੈਂ ਵੀ ਉਹੀ ਗੱਲ ਲਾਈਟਾਂ ਸ਼ੇਟਾਂ ਲਾਈਆਂ ਹੋਈਆਂ, ਮੈਨੂੰ ਆਹ ਪਹਿਲਾਂ ਸ਼ੱਕ ਪਈ, ਜੇ ਬਾਅਦ ਚ ਦੇਖਿਆ ਵੀ ਹੈਡਰਾ ਤੈਨੂੰ ਮੈਂ ਜਦੋਂ ਮੋੜ ਮੁੜਿਆ ਮੈਂ ਕਿਹਾ ਵੀ ਕਿਆ ਖੜਿਆ ਬੂਟਿਆਂ ਦੀ ਯਾਰ, ਕਿਹਦਾ ਟਰੈਕਟਰ ਆ ਕੇ ਖੜ ਗਿਆ, ਪੂਰੀ ਚਮਕੌਰ ਪਵੇ ਇਹਦੇ ਵਿੱਚ ਪਾਣੀ ਚ ਉੱਚੀਆਂ ਕਰਕੇ ਲਾਈਆਂ ਹੋਣੀਆਂ, ਹਾਂ ਪੂਰਾ ਤੂੰ ਸ਼ਾਮ ਨੂੰ ਅੱਗੇ ਦੇਖੀ ਐ ਲੱਗਦਾ ਵੀ ਇਹ ਵਿਗਾੜ, ਉੱਧਰ ਦੇਖੋ ਸ਼ੈੱਡ ਵੀ ਹੁਣ ਝਲਮਲ ਝਲਮਲ ਹੋ ਜਾਣਾ ਉੱਥੇ,
ਦਰਸ਼ਨ ਬਾਈ ਕੱਲ ਮੈਂ ਬੰਦ ਕਰਕੇ ਆਇਆ, ਮੀਂਹ ਜਿਹਾ ਪੈ ਗਿਆ, ਆਟੋਮੈਟਿਕ ਬੰਦ ਕਰਕੇ ਮੈਂ ਰਾਤ ਰੂਤ ਨੂੰ ਕਿਆ ਪਤਾ ਗੁਰਪ੍ਰੀਤ ਵਾਲੀ ਦਾ ਆਟੋਮੈਟਿਕ ਬੰਦ ਕਰਿਆ ਵੀ। ਚੱਲ ਹੁਣ ਆਹ ਵੀ ਮੋਟਰਾਂ ਦੋਹੇ ਬੰਦ ਆ, ਦੇਖ ਲੈ ਆਹ ਵੀ ਬੰਦ ਆ, ਪੂਰਾ ਪਾਣੀ ਆ, ਉੱਧਰ ਵੀ ਬੰਦ ਆ, ਉਹ ਵੀ ਬੰਦ ਆ ਬਾਈ। ਦੇਖੋ ਸਾਡਾ ਇੰਨਾ ਕੁ ਕੰਮ ਹੈ ਲਾਉਣ ਤੱਕ, ਹੁਣ ਸਾਡੀਆਂ ਮੋਟਰਾਂ ਤਕਰੀਬਨ ਕਦੇ ਕਦੇ ਚੱਲ ਰਹੀਆਂ, ਹੁਣ ਲੱਗ ਲਿਆ ਵੱਧ ਤੋਂ ਵੱਧ, ਇੱਕ ਮੀਂਹ ਪੈ ਗਿਆ ਮੁੜ ਕੇ ਤਾਂ ਇਹਦੇ ਉਰੇ ਪਾਣੀ ਚੱਲ ਪਿਆ, ਉਰੇ ਨਹੀਂ ਆਹ ਮੋਟਰ ਨਹੀਂ ਚੱਲਣੀ, ਕਦ ਲੋੜ ਪੈਂਦੀ ਆ ਉਰੇ ਤਾਂ ਬਾਜੇ ਚੱਲੂਗੀ ਤਾਂ ਉੱਪਰ ਜਿਹੜੇ ਉੱਤੋਂ ਜਿਹੜੇ ਮੈਂ ਥੱਲੇ ਥੱਲੇ ਪੰਜ ਸਾਢੇ ਪੰਜ ਗੀਲੇ ਲਾਏ ਆ ਉਹਨੂੰ ਕਦ ਲੋੜ ਪੈਣੀ ਜੇ ਇੱਕ ਮੀਂਹ ਪੈ ਗਿਆ, ਕਿਆ ਕਹਿੰਦਾ ਆ ਰਾਤ ਕੀ ਮੀਂਹ ਵੀ ਜਾਨੂ ਜੀਰੀ ਪਾਰ ਹੋ ਜਾਂਦੀ ਆ, ਦੱਸਦੇ ਤਾਂ ਹੈ ਵੀ ਤਕੜੇ ਪੈਣੇ ਆ, ਉਹੀ ਗੱਲ ਆ, ਬਾਕੀ ਦੇਖਦੇ ਆ ਬਾਈ। ਤੇ ਦਰਸ਼ਨ ਬਾਈ ਕਹਿੰਦਾ ਜਦ ਮੈਂ ਰਾਤ ਆਟੋਮੈਟਿਕ ਬੰਦ ਕਰਕੇ ਆਇਆ ਸਾਹਿਬਜ਼ਾਦਾ ਡੈਡੀ ਉਹ ਸੈਲਰ ਚ ਪੈਂਦੇ ਨਾ ਉੱਥੇ ਦੋ ਬੰਦੇ ਯਾਰ, ਆਹੋ ਰਾਖੀ ਤੱਕ ਹਾਂ ਦੋ ਤਿੰਨ ਬੰਦੇ ਪੈਂਦੇ ਆ ਉੱਥੇ ਵੀ, ਚਾਹੀਦਾ ਵੀ ਹੈਗਾ ਬਾਈ। ਤੇ ਦੋ ਤਿੰਨ ਬੰਦੇ ਪਏ, ਉਹ ਕਹਿੰਦਾ ਸਾਨੂੰ ਫੋਨ ਕਰਦੇ ਕਰ ਹੁਣ ਤਾਂ ਜੇ ਬੰਦ ਕਰਨੀ ਆ ਚਲਾਉਣੀ ਵੀ ਫੇਰ ਲੋੜ ਹੀ ਨੀ ਆਉਣ ਦੀ, ਮੈਂ ਨਹੀਂ ਚੱਲ ਮੈਂ ਬੈਠ ਕੇ ਆਇਆ ਘੰਟਾ ਉੱਥੇ, ਫਿਰ ਦਿੱਤੇ ਬਾਅਦ ਉਹ ਮੋਟਰ ਤੋਂ ਬਾਅਦ ਮੈਂ ਇੱਧਰ ਆ ਗਿਆ, ਗੁਰਪ੍ਰੀਤ ਨੂੰ ਪੁੱਛਿਆ ਮੈਂ ਕਿਹਾ ਆਟੋਮੈਟਿਕ ਬੰਦ ਕਰਤਾ, ਕਹਿੰਦਾ ਹਾਂ ਬੰਦ ਕਰਿਆ ਵਾ, ਫਿਰ ਕਹਿੰਦਾ ਯਾਰ ਸ਼ਾਇਦ ਮੈਂ ਚੱਲ ਮੈਂ ਦੇਖਿਆ ਫੇਰ ਨੀ ਮਨ ਖੜਦਾ, ਉਹ ਲੱਗਿਆ ਬਾਈ ਦਾ ਆਟੋਮੈਟਿਕ ਜਾਂ ਸ਼ਾਇਦ ਪਰ ਆ ਗਈ ਫੇਰ ਨੀ ਮਨ ਖੜਦਾ, ਫੇਰ ਲੱਗਿਆ ਵਾ ਫੇਰ ਮੈਂ ਬੰਦ ਕਰਕੇ ਗਿਆ। ਲੋ ਬਾਈ ਚਲੋ ਠੀਕ ਆ ਜੀ, ਆਹ ਵੀਡੀਓ ਇੱਥੇ ਤੱਕ ਦੀ, ਮਿਲਦੇ ਹਾਂ ਫਿਰ ਹੁਣ ਕਿਸੇ ਹੋਰ ਵੀਡੀਓ 'ਚ।